ਕੇਂਦਰ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਨੇ, ਜਿਨ੍ਹਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਡੇਰਾ ਬਾਬਾ ਨਾਨਕ ਤੋਂ ਸਰਹੱਦ ਤੱਕ ਲਾਂਘੇ ਦਾ ਨਿਰਮਾਣ ਕੀਤਾ ਜਾਵੇਗਾ। ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਪੂਰਾ ਫੰਡ ਕੇਂਦਰ ਸਰਕਾਰ ਦੇਵੇਗੀ ਅਤੇ ਇਤਿਹਾਸਿਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਿਤ ਕਰਨ, ਪਿੰਡ ਬਾਬੇ ਨਾਨਕ ਦੇ ਨਾਂ ਹੇਠ ਵਿਰਾਸਤੀ ਕੰਪਲੈਕਸ ਦੇ ਸ਼ਰਧਾਲੂਆਂ ਲਈ ਵਿਸ਼ੇਸ਼ ਰੇਲ ਸ਼ੁਰੂ ਕਰਨ ਦੇ ਫੈਸਲੇ ਕੀਤੇ ਨੇ। ਇਸ ਦੇ ਮੱਦੇਨਜ਼ਰ ਜਿੱਥੇ ਸਿੱਖ ਸੰਗਤਾਂ ਵੱਲੋਂ ਫੈਸਲਿਆਂ ਦਾ ਸਵਾਗਤ ਕੀਤਾ ਜਾ ਰਿਹਾ, ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਿੱਚ ਇਸ ਦਾ ਕ੍ਰੈਡਿਟ ਆਪਣੀ ਆਪਣੀ ਪਾਰਟੀ ਨੇ ਦਿਵਾਉਣ ਲਈ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਨੇ। ਅੱਜ ਮੈਂ ਸਮਝਦਾ ਕਿ ਸਿੱਖ ਕੌਮ ਵਾਸਤੇ ਬਹੁਤ ਹੀ ਵੱਡਾ ਖੁਸ਼ੀ ਦਾ ਮੌਕਾ, ਇਤਿਹਾਸਿਕ ਮੌਕਾ, ਔਰ ਇਹ ਮੈਂ ਕਹਿ ਸਕਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ 'ਤੇ ਇਸ ਤੋਂ ਵਧੀਆ ਗਿਫਟ ਨਹੀਂ ਹੋ ਸਕਦੀ ਕਿ ਜਿਹੜੀ ਸਭ ਤੋਂ ਪੁਰਾਣੀ ਮੰਗ ਹੈ ਸਾਰੀ ਕੌਮ ਦੀ ਸਮੂਹ ਨਾਨਕ ਨਾਮ ਲੇਵਾ ਦੀ ਕਿ ਡੇਰਾ ਬਾਬਾ ਨਾਨਕ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਕੋਰੀਡੋਰ ਖੋਲ੍ਹਿਆ ਜਾਵੇ। ਅੱਜ ਉਸ ਨੂੰ ਮਨਜ਼ੂਰੀ ਜਿਹੜੀ ਹੈ ਕੇਂਦਰ ਦੀ ਕੈਬਨਿਟ ਸਰਕਾਰ ਨੇ ਉਹ ਦੇ ਦਿੱਤੀ, ਇਕੱਲੀ ਮਨਜ਼ੂਰੀ ਨਹੀਂ ਦਿੱਤੀ, ਇਹ ਵੀ ਕਹਿ ਕੇ ਉਹਨੂੰ ਇੰਟਰਨੈਸ਼ਨਲ ਟੂਰਿਜ਼ਮ ਸਾਈਟ ਦੇ ਤੌਰ 'ਤੇ ਡਿਵੈਲਪ ਕੀਤਾ ਜਾਵੇਗਾ। ਔਰ ਜਿਹੜਾ ਵੀ ਜਿਹੜਾ ਖਰਚਾ ਕੋਰੀਡੋਰ 'ਤੇ ਆਏਗਾ ਉਹ ਖਰਚਾ ਹਿੰਦੁਸਤਾਨ ਸਰਕਾਰ ਕਲੀਅਰ ਕਰੇਗੀ। ਉਹਦੇ ਵਾਸਤੇ ਮੈਂ ਪ੍ਰਧਾਨ ਮੰਤਰੀ ਜੀ ਦਾ, ਸਮੁੱਚੀ ਕੈਬਨਿਟ ਦਾ, ਔਰ ਕੈਬਨਿਟ ਦੇ ਵਿੱਚ ਸਾਡੀ ਅਗਵਾਈ ਕਰ ਰਹੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਇਸ ਮੰਗ ਨੂੰ ਮੰਨ ਕੇ ਉਹਨਾਂ ਨੇ ਬਹੁਤ ਵੱਡਾ ਜਿਹੜਾ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ। ਦੇਖੋ ਸਭ ਤੋਂ ਵੱਡਾ ਕ੍ਰੈਡਿਟ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਹੈ। ਵਾਅਦਾ ਪਾਸ ਕੀਤਾ ਤੇ ਬਹੁਤ ਵੈਲਕਮ ਵਾਲੀ ਗੱਲ ਹੈ, ਚੰਗਾ ਕੀਤਾ ਵਾ, ਲੇਟ ਹੋਇਆ। ਦੇਖੋ ਕੈਪਟਨ ਸਾਹਿਬ ਤਾਂ ਜਦੋਂ 2002 ਚ ਚੀਫ ਮਿਨਿਸਟਰ ਬਣੇ ਸੀ ਉਦੋਂ ਤੋਂ ਇਹ ਮੁੱਦਾ ਪਾਕਿਸਤਾਨ ਗਵਰਨਮੈਂਟ ਨਾਲ ਲਈ ਫਿਰਦੇ ਨੇ ਤੇ ਕੈਪਟਨ ਸਾਹਿਬ ਨੂੰ ਹੀ ਵਧਾਈ ਦੇਣ ਵਾਲੀ ਗੱਲ ਹੈ। ਉਹਨਾਂ ਦੀ ਸੋਚ ਅੱਜ ਸਿਰੇ ਚੜੀ ਹੈ, ਉਹਨਾਂ ਦੇ ਐਫਰਟ ਸਿਰੇ ਚੜੇ ਹੈ, ਸੋ ਕੈਪਟਨ ਸਾਹਿਬ ਦੀ ਸੋਚ ਨੂੰ ਵਧਾਈ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਇਹਨਾਂ ਮੰਗਾਂ ਨੂੰ ਸਿੱਖ ਸੰਗਤਾਂ ਵੱਲੋਂ ਬੜੀ ਜ਼ੋਰ ਸ਼ੋਰ ਦੇ ਨਾਲ ਉਠਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਇਹ ਅਹਿਮ ਫੈਸਲੇ ਲਏ ਗਏ ਨੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।